ਤਰਨਤਾਰਨ ਦੀ ਪੰਜਾਬ ਪੁਲਿਸ ਨੂੰ ਭਾਰੀ ਸਫਲਤਾ ਮਿਲੀ ਹੈ। ਦਰਅਸਲ ਨਾਕੇਬੰਦੀ ਦੇ ਦੌਰਾਨ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਗਿਆ। ਨਸ਼ਾ ਤਸਕਰਾਂ ਦੇ ਘਰੋਂ ਹੈਰੋਇਨ ਅਤੇ ਪਿਸਟਲ ਅਤੇ ਜ਼ਿੰਦਾ ਕਾਰਤੂਸ ਸਮੇਤ ਮੋਟਰਸਾਈਕਲ ਬਰਾਮਦ ਕੀਤਾ ਗਿਆ। ਜ਼ਿਲ੍ਹਾ ਤਰਨਤਾਰਨ ਪੁਲਿਸ ਦੇ ਵੱਲੋਂ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। ਡੀਐਸਪੀ ਸਿਟੀ ਤਰਨਤਾਰਨ ਆਪਣੇ ਸਤਨਾਮ ਸਿੰਘ ਜੀ, SHO ਮਨਜਿੰਦਰ ਸਿੰਘ ਅਤੇ ਨਰਕੋਟਿਕ ਸੈੱਲ ਦੇ ਇੰਚਾਰਜ ਤਮਤਾ ਸਿਟੀ ਮੌਜੂਦ ਸੀ। ਇਹਨਾਂ ਨੂੰ ਮੁਕਰ ਖਾਸ ਨੇ ਇਤਲਾਹ ਦਿੱਤੀ ਕਿ ਪਲਾਸੋ ਡਰੇਨ ਦੇ ਲਾਗੇ 5 ਸ਼ੱਕੀ ਬੰਦੇ ਨੇ ਜੋ ਵਾਰਦਾਤਾਂ ਕਰਦੇ ਨੇ, ਨਸ਼ੀਲੇ ਪਦਾਰਥ ਦਾ ਧੰਦਾ ਕਰਦੇ ਨੇ, ਇਸ ਵੇਲੇ ਪੁਲ ਡਰੇਨ 'ਤੇ ਬੈਠੇ ਨੇ ਅਤੇ ਜੇ ਹੁਣੇ ਰੇਡ ਕੀਤਾ ਜਾਵੇ ਤਾਂ ਕਾਬੂ ਕਰ ਸਕਦੇ ਨੇ। ਜੋ ਇਹ ਸਮੇਤ ਪੁਲਿਸ ਇਹ ਗਏ ਮੌਕੇ 'ਤੇ ਅਤੇ ਮੌਕੇ 'ਤੇ 3 ਬੰਦੇ ਕਾਬੂ ਆ ਗਏ, ਜਿਹਨਾਂ 'ਚ ਇੱਕ ਦਾ ਨਾਂ ਗੁਰਮੁਖ ਸਿੰਘ ਅਤੇ ਦੂਜਾ ਆ ਗਿਆ ਬਲਰਾਜ ਸਿੰਘ ਅਤੇ ਤੀਜਾ ਜੋਬਨਜੀਤ ਸਿੰਘ। ਗੁਰਮੁਖ ਸਿੰਘ ਕੋਲੋਂ 310 ਗ੍ਰਾਮ ਹੀਰੋਇਨ ਬਰਾਮਦ ਹੋਈ, ਬਲਰਾਜ ਸਿੰਘ ਪਾਸੋਂ 260 ਗ੍ਰਾਮ ਅਤੇ ਜੋਬਨਜੀਤ ਪਾਸੋਂ 32 ਹੋਰ ਦਾ ਪਿਸਟੋਲ ਬਰਾਮਦ ਹੋਇਆ। ਸਰ ਇਹਨਾਂ ਦਾ ਰਿਮਾਂਡ ਲਿਆ 2 ਦਿਨ ਦਾ, ਇਹਨਾਂ ਦੇ ਬੈਕਗ੍ਰਾਊਂਡ ਕ੍ਰਿਮੀਨਲ ਆ ਅਤੇ ਉਹ ਤੋਂ ਬਾਅਦ ਇੰਟਰਵਿਊ ਕਰਕੇ ਅਤੇ ਪੁੱਛਿਆ ਜਾਊਗਾ ਕਿ ਇਹਨਾਂ ਨੇ ਬਾਅਦ ਟੋਟਲ ਹੈਰੋਇਨ ਕਿੰਨੀ ਹੋ ਗਈ ਹੈ? ਹਾਂਜੀ ਟੋਟਲ ਹੈਰੋਇਨ ਕਿੰਨੀ ਕਾਬੂ ਕੀਤੀ ਗਈ ਦੋਵਾਂ ਪਾਸੋਂ? ਟੋਟਲ ਇੱਕ ਕੋਲ 310 ਗ੍ਰਾਮ ਅਤੇ ਦੂਸਰੇ ਕੋਲ 260 ਗ੍ਰਾਮ ਹੀਰੋਇਨ। ਜਿਹੜੇ ਦੋਸ਼ੀ ਫਰਾਰ ਸਨ ਕਿੰਨਾ ਹੈਗਾ? ਜਿਹੜੇ ਦੋਸ਼ੀ ਦੋ ਫਰਾਰ ਨੇ ਉਹਨਾਂ ਦੇ ਨਾਂ ਹੈਗੇ ਆ, ਇੱਕ ਗੁਰਦੇਵ ਸਿੰਘ ਅਤੇ ਦੂਜਾ ਅੰਮ੍ਰਿਤਪਾਲ ਸਿੰਘ। ਸਰ ਇਹਨਾਂ ਦੀ ਗ੍ਰਿਫਤਾਰੀ ਨਹੀਂ ਕੀਤੀ ਜਾ ਰਹੀ? ਇਹ ਪੁਲਿਸ ਪਾਰਟੀਆਂ ਬਣਾ ਕੇ ਰੇਡ ਕਰਨ ਦਾ ਇਹਨਾਂ ਦੇ ਭੇਜੇ ਹੋਏ ਨਾ ਜਿੱਥੇ ਇਹਨਾਂ ਦੇ ਹਾਈਕੋਰਟ ਹੈਗੇ। ਤਰਨ ਤਾਰਨ ਤੋਂ ਵਿਜੇ ਅਰੋੜਾ ਦੀ ਰਿਪੋਰਟ।